स्कैंडल आया उन्हें लेप तोड़ो ना आया बड़ी तो नींद आ रहा हाँ ओ पे बड़े बड़े खाने जाके जाता है जी गलती लेके आ गया ये भाई हम थोड़ा तो चार का बस डेढ़ बजे आसपास आ बंदा गया जी सर ਤੁਹਾਡੇ ਆਹੀ ਵਾਲੇ ਗੱਲੇ ਚੋਂ ਲੈ ਕੇ ਗਏ ਹਾਂਜੀ ਆਹੀ ਵਾਲੇ ਗੱਲੇ ਚੋਂ ਲੈ ਕੇ ਗਏ ਪਹਿਲੇ ਚੱਕ ਕੇ ਆਏ ਸੀ ਮੇਰੇ ਹਾਫ ਸ਼ਟਰ ਸੀਗਾ ਸ਼ਟਰ ਚੱਕ ਕੇ ਤੇ ਸ਼ੀਸ਼ੇ ਦੇ ਲੋ ਗੇਟ ਨੂੰ ਲੋਕ ਲਗਾ ਸੀ ਲੋਕ ਤੋੜ ਕੇ ਅੰਦਰ ਆ ਗਿਆ ਅੱਛਾ ਕਿ 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 ਬਾਤ ਕਰ ਰਹੇ ਨਾ ਕਿਤਨਾ ਵੀਡੀਓ ਬਣਾ ਰਹੇ ਕਿ ਬਾਤ ਕਰ ਅੱਛਾ ਸਰ ਕੀ ਨਾਮ ਹੈ ਆਪਕਾ ਸੰਦੀਪ ਕੁਮਾਰ ਉਰਫ ਸੰਨੀ ਸਰ ਕਹਾਂ ਕੇ ਰਹਿਣ ਵਾਲੇ ਹੈ ਜਨਕਪੁਰੀ ਇੱਥੇ ਇਲਾਕੇ ਦੇ 1695 ਇੱਥੇ ਦਾ ਹੀ ਹੈ ਅੱਛਾ ਤੋ ਕੀ ਹੋਇਆ ਆਪਕੀ ਦੁਕਾਨ ਪਤਾ ਲੱਗਿਆ ਕਿ ਚੋਰੀ ਹੋਈ ਹੈ ਹਾਂਜੀ ਐਕਚੁਅਲੀ ਨਾ ਦੁਪਹਿਰ ਦਾ ਟਾਈਮ ਸੀਗਾ ਹਾਫ ਸ਼ਟਰ ਸੀਗਾ ਚੋਰ ਆਇਆ ਉਹਨੇ ਸ਼ਟਰ ਚੱਕਿਆ ਸ਼ੀਸ਼ੇ ਲੋਕ ਨੂੰ ਲੋਕ ਲੱਗਾ ਸੀ ਉਹਨੇ ਲੋਕ ਤੋੜਿਆ ਤੇ ਉਹ ਕੈਸ਼ ਕੱਢ ਕੇ ਲੈ ਗਿਆ ਕਿੰਨਾ ਕੈਸ਼ ਲੈ ਗਏ ਨੀਅਰ ਅਬਾਊਟ 60 ਦੇ ਆਸ-ਪਾਸ ਸੀਗਾ ਪ੍ਰੋਪਰ ਦਾ ਮੈਨੂੰ ਵੀ ਨਹੀਂ ਪਤਾ ਪਰ 50 ਪਲੱਸ ਦਾ ਪੱਕਾ ਹੀ ਸੀਗਾ ਤੋ ਚੋਰ ਕਿਸ ਵਹੀਕਲ ਪਰ ਆਇਆ ਸਪਲੈਂਡਰ ਸੀ ਸਰ ਬਾਈਕ ਸੀਗੀ ਸਿਲਵਰ ਕਲਰ ਸਪਲੈਂਡਰ ਸੀਗਾ ਉਸਨੇ ਕਿੰਨੀ ਦੇਰ ਮੇ ਵਾਰਦਾਤ ਕੋ ਅੰਜਾਮ ਦੇ ਦਿੱਤੀ ਹੈ ਸਰ ਇੱਕ ਮਿੰਟ ਆਏ ਮੇਰੇ ਕੋ ਵੀਡੀਓ ਹੈ ਕਿ ਕੈਮਰੇ ਲੱਗੇ ਹੋਏ ਨੇ 1 ਮਿੰਟ ਦੇ ਅੰਦਰ ਉਹਨੇ ਲੋਕ ਵੀ ਤੋੜਿਆ ਉਹਨਾਂ ਲਈ ਤਾਂ ਜਿਵੇਂ ਲੋਕ ਕੁਛ ਹੈ ਹੀ ਨਹੀਂਗਾ ਬਾਉਲ ਉਹਨਾਂ ਕੋ ਜਿਵੇਂ ਉਹਨਾਂ ਕੋ ਚਾਬੀ ਹੋਵੇ ਲੋਕ ਤੋੜਿਆ ਫਟਾਫਟ ਆਏ ਨੇ ਗੱਲੇ ਖੋਲਿਆ ਕੈਸ਼ ਕੱਢਿਆ ਤੇ ਫਰਾਰ ਹੋ ਗਿਆ ਤੋ ਪਤਾ ਚੱਲਿਆ ਐਸੀ ਵਾਰਦਾਤ ਹੋਰ ਵੀ ਕਿਸੇ ਇਲਾਕੇ ਮੇ ਹੋਈ ਹੈ ਹਾਂਜੀ ਸਿੰਘਾ ਰੋਡ ਤੇ ਹੋਈ ਹੈ ਜੀ ਮੈਂ ਉੱਥੇ ਜਾ ਕੇ ਵੀ ਆਇਆ ਹਾਂ ਏਵਨ ਜਵੈਲਰ ਵਾਲੇ ਹੈਗੇ ਨੇ ਉੱਥੇ ਆਪਣਾ ਨੰਬਰ ਦੇ ਕੇ ਆਇਆ ਮੈਂ ਉੱਥੇ ਉਹਨਾਂ ਦੀ ਜਵੈਲਰੀ ਦੁਕਾਨ ਤੇ ਵੀ ਕੀਤੀ ਹੈ ਉਹੀ ਚੋਰ ਨੇ ਕੀਤੀ ਹੈ ਸੇਮ ਉਹੀ ਕੱਪੜੇ ਪਾਏ ਹੋਏ ਸੀਗੇ ਪਲੱਸ ਉੱਥੇ ਇੱਕ ਮੋਬਾਈਲ ਸ਼ਾਪ ਤੇ ਵੀ ਹੋਈ ਹੈ ਮਿੰਟਰ ਸ਼ਾਪ ਕਹੀਂ ਨਾ ਕਹੀਂ ਪੁਲਿਸ ਕੀ ਵੀ ਢੀਲੀ ਕਾਰਵਾਈ ਹੈ ਕਹਿ ਸਕਤੇ ਹੈ ਕਿ ਸਰਿਆਮ ਦਿਨ ਦਿਹਾੜੇ ਚੋਰ ਆ ਕਰ ਚੋਰੀ ਕੀ ਵਾਰ ਦੇਖੋ ਨਸ਼ਾ ਵੱਧ ਚੁੱਕਾ ਆ ਠੀਕ ਹੈ ਇਹ ਨਸ਼ੇੜੀ ਹੁੰਦੇ ਸੋ ਵੀ ਬੰਦਾ ਨਹੀਂ ਹੁੰਦਾ ਇਹ ਨਸ਼ੇ ਦੀ ਸਾਰੀ ਦਿੱਕਤ ਹੈਗੀ ਹੈ ਜਿੱਥੇ ਤੱਕ ਮੇਰੀ ਸਮਝ ਕਹਿੰਦੀ ਹੈ ਇਹ ਸਾਰਾ ਕੰਮ ਨਸ਼ੇ ਦਾ ਆ ਤੋ ਅਬ ਪੁਲਿਸ ਪ੍ਰਸ਼ਾਸਨ ਨੇ ਇਹ ਕੀ ਮੰਗ ਹੈ ਸਰ ਇਹੀ ਮੰਗ ਆ ਕਿ ਚਲੋ ਮੇਰਾ ਤਾਂ 60000 ਗਿਆ ਵਾ ਹਣੀ ਕੱਲ ਨੂੰ ਅਗਲਾ ਕਿਸੇ ਦਾ ਵੱਧ ਨੁਕਸਾਨ ਕਰ ਸਕਦਾ ਆ ਵੈ 60000 ਮੌਂਟ ਥੋੜੀ ਨਹੀਂ ਹੁੰਦੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉਹ ਜਲਦੀ ਜਲਦੀ ਚੋਰ ਨੂੰ ਫੜੇ ਕਿਉਂਕਿ ਲਗਾਤਾਰ ਵਾਰਦਾਤਾਂ ਕਰ ਰਿਹਾ ਵਾ ਅੱਜ ਵੀ ਕੀਤੀ ਉਹਨੇ ਕੱਲ ਵੀ ਕੀਤੀ ਲਗਾਤਾਰ ਕਰ ਰਿਹਾ ਵਾ ਹੁਣ ਜਲਦੀ ਜਲਦੀ ਫੜਿਆ ਜਾਵੇ ਤੇ ਉਤੋਂ ਜਿਹੜੀ ਸਾਰੀ ਬਰਾਮਦ ਜਿਹੜੀ ਉਹਨੇ ਕੀਤੀ ਆ ਉਹ ਹਾਸਲ ਕੀਤੀ ਜਾਵੇ ਠੀਕ ਆ ਗਿਆ ਆ ਗਿਆ ਆ ਗਿਆ ਚੱਪਲਾ ਪਾਈਆਂ ਜੀ ਕੋ ਸਕੈਂਡਲ ਆਇਆ ਉਹਨੇ ਲੇਪ ਤੋੜੋ ਨੂੰ ਆਇਆ ਬੜੀ ਤੀ ਨੀਂਦ ਆ ਰਹਾ ਹਾਂ ਉਹ ਪੇ ਛੋਟੇ ਮੋਟੇ ਖਾਣੇ ਚੱਕ ਕੇ ਜਾਂਦਾ ਸੀ ਗੱਤੀ ਲੈ ਕੇ ਆ ਗਿਆ ਕਿਵੇਂ ਹੁਣ ਸਾਡਾ ਚਾਰ ਦਾ ਬਸ ਡੇਢ ਦੇ ਆਸ-ਪਾਸ ਆ ਬੰਦਾ ਗਿਆ ਜੀ ਸਰ ਤੁਹਾਡੇ ਆਹੀ ਵਾਲੇ ਗੱਲੇ ਚੋਂ ਲੈ ਕੇ ਗਏ ਹਾਂਜੀ ਆਹੀ ਵਾਲੇ ਗੱਲੇ ਚੋਂ ਲੈ ਕੇ ਗਏ ਪਹਿਲੇ ਚੱਕ ਕੇ ਆਏ ਸੀ ਮੇਰੇ ਕੋਲ ਹਾਫ ਸ਼ਟਰ ਸੀਗਾ ਸ਼ਟਰ ਚੱਕ ਕੇ ਤੇ ਸ਼ੀਸ਼ੇ ਦੇ ਲੋ ਗੇਟ ਨੂੰ ਲੋਕ ਲਗਾ ਸੀ ਲੋਕ ਤੋੜ ਕੇ ਅੰਦਰ ਆ ਗਿਆ ਅੱਛਾ ਕਿ ਕਿ ਬਾਤ ਕਰ ਰਹੇ ਨਾ ਕਿਤਨਾ ਵੀਡੀਓ ਬਣਾ ਰਹੇ ਕਿ ਬਾਤ ਕਰ ਰਹੇ ਅੱਛਾ ਸਰ ਕੀ ਨਾਮ ਹੈ ਆਪਕਾ ਸੰਦੀਪ ਕੁਮਾਰ ਉਰਫ ਸੰਨੀ ਸਰ ਕਹਾਂ ਕੇ ਰਹਿਣ ਵਾਲੇ ਹੈ ਜਨਕਪੁਰੀ ਇੱਥੇ ਇਲਾਕੇ ਦੇ 1695 ਇੱਥੇ ਦਾ ਹੀ ਹੈ ਅੱਛਾ ਤੋ ਕੀ ਹੋਇਆ ਆਪਕੀ ਦੁਕਾਨ ਪਤਾ ਲੱਗਿਆ ਕਿ ਚੋਰੀ ਹੋਈ ਹੈ ਹਾਂਜੀ ਐਕਚੁਅਲੀ ਨਾ ਦੁਪਹਿਰ ਦਾ ਟਾਈਮ ਸੀਗਾ ਹਾਫ ਸ਼ਟਰ ਸੀਗਾ ਚੋਰ ਆਇਆ ਉਹਨੇ ਸ਼ਟਰ ਚੱਕਿਆ ਸ਼ੀਸ਼ੇ ਲੋਕ ਨੂੰ ਲੋਕ ਲੱਗਾ ਸੀ ਉਹਨੇ ਲੋਕ ਤੋੜਿਆ ਤੇ ਉਹ ਕੈਸ਼ ਕੱਢ ਕੇ ਲੈ ਗਿਆ ਕਿੰਨਾ ਕੈਸ਼ ਲੈ ਗਏ ਨੀਅਰ ਅਬਾਊਟ 60 ਦੇ ਆਸ-ਪਾਸ ਸੀਗਾ ਪ੍ਰੋਪਰ ਦਾ ਮੈਨੂੰ ਵੀ ਨਹੀਂ ਪਤਾ ਪਰ 50 ਪਲੱਸ ਦਾ ਪੱਕਾ ਹੀ ਸੀਗਾ ਤੋ ਚੋਰ ਕਿਸ ਵਹੀਕਲ ਪਰ ਆਇਆ ਸਪਲੈਂਡਰ ਸੀ ਸਰ ਬਾਈਕ ਸੀਗੀ ਸਿਲਵਰ ਕਲਰ ਸਪਲੈਂਡਰ ਸੀਗਾ ਉਸਨੇ ਕਿੰਨੀ ਦੇਰ ਮੇ ਵਾਰਦਾਤ ਕੋ ਅੰਜਾਮ ਦੇ ਦਿੱਤੀ ਹੈ ਸਰ 1 ਮਿੰਟ ਆਏ ਮੇਰੇ ਕੋ ਵੀਡੀਓ ਹੈਗੀ ਕੈਮਰੇ ਲੱਗੇ ਹੋਏ ਨੇ 1 ਮਿੰਟ ਦੇ ਅੰਦਰ ਉਹਨੇ ਲੋਕ ਵੀ ਤੋੜਿਆ ਉਹਨਾਂ ਲਈ ਤਾਂ ਜਿਵੇਂ ਲੋਕ ਕੁਛ ਹੈ ਹੀ ਨਹੀਂਗਾ ਬਾਉਲ ਉਹਨਾਂ ਜਿਵੇਂ ਉਹਨਾਂ ਕੋ ਚਾਬੀ ਹੋਵੇ ਲੋਕ ਤੋੜਿਆ ਫਟਾਫਟ ਆਏ ਨੇ ਗੱਲੇ ਖੋਲੇ ਕੈਸ਼ ਕੱਢਿਆ ਤੇ ਫਰਾਰ ਹੋ ਗਿਆ ਤੋ ਪਤਾ ਚੱਲਿਆ ਐਸੀ ਵਾਰਦਾਤ ਹੋਰ ਵੀ ਕਿਸੇ ਇਲਾਕੇ ਮੇ ਹੋਈ ਹੈ ਹਾਂਜੀ ਸਿੰਘਾ ਰੋਡ ਤੇ ਹੋਈ ਹੈ ਜੀ ਮੈਂ ਉੱਥੇ ਜਾ ਕੇ ਵੀ ਆਇਆ ਹਾਂ ਏਵਨ ਜਵੈਲਰ ਵਾਲੇ ਹੈਗੇ ਨੇ ਉੱਥੇ ਆਪਣਾ ਨੰਬਰ ਦੇ ਕੇ ਆਇਆ ਮੈਂ ਉੱਥੇ ਉਹਨਾਂ ਦੀ ਜਵੈਲਰੀ ਦੁਕਾਨ ਤੇ ਵੀ ਕੀਤੀ ਹੈ ਉਹੀ ਚੋਰ ਨੇ ਕੀਤੀ ਹੈ ਸੇਮ ਉਹੀ ਕੱਪੜੇ ਪਾਏ ਹੋਏ ਸੀਗੇ ਪਲੱਸ ਉੱਥੇ ਇੱਕ ਮੋਬਾਈਲ ਸ਼ਾਪ ਤੇ ਵੀ ਹੋਈ ਹੈ ਮਿੰਟਰ ਸ਼ਾਪ ਕਹੀਂ ਨਾ ਕਹੀਂ ਪੁਲਿਸ ਕੀ ਵੀ ਢੀਲੀ ਕਾਰਵਾਈ ਹੈ ਕਹਿ ਸਕਤੇ ਹੈ ਕਿ ਸਰਿਆਮ ਦਿਨ ਦਿਹਾੜੇ ਚੋਰ ਆ ਕਰ ਚੋਰੀ ਕੀ ਵਾਰ ਦੇਖੋ ਨਸ਼ਾ ਵੱਧ ਚੁੱਕਾ ਆ ਠੀਕ ਹੈ ਇਹ ਨਸ਼ੇੜੀ ਹੁੰਦੇ ਸੋ ਵੀ ਬੰਦਾ ਨਹੀਂ ਹੁੰਦਾ ਇਹ ਨਸ਼ੇ ਦੀ ਸਾਰੀ ਦਿੱਕਤ ਹੈਗੀ ਹੈ ਜਿੱਥੇ ਤੱਕ ਮੇਰੀ ਸਮਝ ਕਹਿੰਦੀ ਹੈ ਇਹ ਸਾਰਾ ਕੰਮ ਨਸ਼ੇ ਦਾ ਆ ਤੋ ਅਬ ਪੁਲਿਸ ਪ੍ਰਸ਼ਾਸਨ ਨੇ ਇਹ ਕੀ ਮੰਗ ਹੈ ਸਰ ਇਹੀ ਮੰਗ ਆ ਕਿ ਚਲੋ ਮੇਰਾ ਤਾਂ 60000 ਗਿਆ ਵਾ ਹਣੀ ਕੱਲ ਨੂੰ ਅਗਲਾ ਕਿਸੇ ਦਾ ਵੱਧ ਨੁਕਸਾਨ ਕਰ ਸਕਦਾ ਆ ਵੈ 60000 ਮੌਂਟ ਥੋੜੀ ਨਹੀਂ ਹੁੰਦੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉਹ ਜਲਦੀ ਜਲਦੀ ਚੋਰ ਨੂੰ ਫੜੇ ਕਿਉਂਕਿ ਲਗਾਤਾਰ ਵਾਰਦਾਤਾਂ ਕਰ ਰਿਹਾ ਵਾ ਅੱਜ ਵੀ ਕੀਤੀ ਉਹਨੇ ਕੱਲ ਵੀ ਕੀਤੀ ਲਗਾਤਾਰ ਕਰ ਰਿਹਾ ਵਾ ਹੁਣ ਜਲਦੀ ਜਲਦੀ ਫੜਿਆ ਜਾਵੇ ਤੇ ਉਤੋਂ ਜਿਹੜੀ ਸਾਰੀ ਬਰਾਮਦ ਜਿਹੜੀ ਉਹਨੇ ਕੀਤੀ ਆ ਉਹ ਹਾਸਲ ਕੀਤੀ ਜਾਵੇ ਠੀਕ